इस मामले विच पंजाब दे ट्रांसपोर्ट मंत्री अजीत सिंह कुहाड़ दा कहना है कि शशि कांत वालों लाए जा रहे सारे दोष बेबुनियाद ने, उन्हां नशियां तो उन्हां नूं बदनाम करन दी कोशिश की जा रही है। ਨਸ਼ਿਆਂ ਦੇ ਵਿੱਚ ਨਾ ਆਉਣਾ ਤਾਂ ਦੂਰ ਦੀ ਗੱਲ ਆ, ਮੈਂ ਤਾਂ ਕੋਲ ਦੀ ਵੀ ਨਹੀਂ ਲੰਘਦਾ। ਮੈਂ ਕਦੇ ਕਿਸੇ ਨਸ਼ੇ ਵਾਲੇ ਦੀ ਮਦਦ ਹੀ ਨਹੀਂ ਕਰੀ ਅਤੇ ਨਾ ਸਾਰੀ ਜ਼ਿੰਦਗੀ ਇਹ ਕੰਮ ਕੀਤਾ। ਹੁਣ ਮੇਰੀ ਇਹ ਹੁਣ 77 ਸਾਲ ਦੀ ਉਮਰ ਆ ਅਤੇ ਮੇਰਾ ਸਾਰੀ ਜ਼ਿੰਦਗੀ ਦਾ ਸਾਫ਼ ਸੁਥਰਾ ਦਮਨ ਆ। ਸ਼ਸ਼ੀ ਕਾਂਤ ਪਤਾ ਨਹੀਂ ਕਿਹੜੀ ਏਜੰਸੀ ਨੂੰ ਪੁੱਛ ਕੇ ਲਾਈ ਜਾਂਦਾ। ਪਹਿਲਾਂ ਇਹਨੂੰ ਤਾਂ ਕੋਈ ਅਧਿਕਾਰ ਹੀ ਨਹੀਂ ਇਹ ਗੱਲਾਂ ਕਹਿਣ ਦਾ, ਇਹ ਸਿਆਸੀ ਬੰਦਿਆਂ ਦਾ ਜੀਵਨ ਖਰਾਬ ਕਰਦਾ। ਉੱਤੋਂ ਆਈ ਆ ਇਲੈਕਸ਼ਨ, ਇਲੈਕਸ਼ਨ ਜਿਹੜੀ ਆ ਮੇਰੇ ਹਲਕੇ 'ਚੋਂ 30,000 ਵੋਟਾਂ ਦੀ ਲੀਡ ਆ, ਇਹ ਘਬਰਾ ਕੇ ਕਾਂਗਰਸ ਵਾਲੇ ਕਰਾਈ ਜਾਂਦੇ। ਮੇਰਾ ਕੋਈ ਵਾਸਤਾ ਡੋਡਿਆਂ ਨਾਲ ਨਹੀਂ, ਕੋਈ ਵਾਸਤਾ ਕੋਈ ਨਸ਼ੇ ਵਾਲਿਆਂ ਨਾਲ ਨਹੀਂ। ਇਹ ਮੇਰੇ ਇਲਾਕੇ ਦੇ ਸਾਰੇ ਲੋਕ ਜਾਣਦੇ ਆ, ਜਿਹੜੇ ਮੈਨੂੰ ਸਰਟੀਫਿਕੇਟ ਦਿੰਦੇ ਵਾਰ ਵਾਰ। ਮੈਂ 5 ਇਲੈਕਸ਼ਨਾਂ ਲੜੀਆਂ, 1 ਇਲੈਕਸ਼ਨ ਮੈਂ ਮਿਸ ਨਹੀਂ ਕੀਤਾ। ਮੈਂ 40 ਸਾਲ ਆਪਣੇ ਪਿੰਡ ਦਾ ਸਰਪੰਚ ਵੀ ਰਿਹਾ। ਇਸ ਕਰਕੇ ਇਹ ਦਿਨ ਦੇ ਮਨ ਦੀ ਘਬਰਾਹਟ ਆ, ਮਾੜੇ ਬੰਦੇ ਨੂੰ ਤਾਂ ਕੋਈ ਨੇੜੇ ਲੱਗਣ ਦਿੰਦਾ। ਇਹ ਸ਼ਸ਼ੀ ਕਾਂਤ ਪਤਾ ਨਹੀਂ ਕਿੱਥੋਂ ਆਖੀ ਜਾਂਦਾ। ਮੈਂ ਤਾਂ ਕਹਿੰਦਾ ਕਿ ਪ੍ਰਮਾਤਮਾ ਇਹੋ ਜਿਹੇ ਲੋਕਾਂ ਨੂੰ ਸਮਾਪਤ ਦੇਵੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।